ਵਾਕਤਾਏ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਯਮ ਸਟੱਡੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ ਦੇ ਵੱਲੋਂ ਸਟੇਸ਼ਨ ਅਲਾਟਮੈਂਟ ਕਰਨ ਸੰਬੰਧੀ ਨੋਟੀਫਿਕੇਸ਼ਨ ਅਤੇ ਲਿਸਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ। ਦੇਰ ਆਤਾ ਇਹ ਨੋਟੀਫਿਕੇਸ਼ਨ ਸਾਡੇ ਸਾਈਟ ਤੇ ਹੈ। ਅਪਲੋਡ ਕੀਤਾ ਗਿਆ ਸੀ। ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਫੁੱਲ ਡਿਟੇਲ ਜਿਹੜਾ ਅਫੀਸਰ ਨੋਟੀਫਿਕੇਸ਼ਨ ਅਤੇ ਕੋਈ ਵੀ ਤੁਹਾਡਾ ਸਵਾਲ ਜਵਾਬ ਹੈ ਉਹ ਤੁਹਾਨੂੰ ਅਸੀਂ ਇੰਸਟਾਗ੍ਰਾਮ ਪੇਜ ਤੇ ਦੇਵਾਂਗੇ। ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਅਤੇ ਕ ਮਿਲ ਜੇਗਾ ਜਿਸ ਤੇ ਕਲਿੱਕ ਕਰਕੇ ਤੁਸੀਂ ਇਹ ਨੋਟੀਫਿਕੇਸ਼ਨ ਆਫੀਸ਼ੀਅਲੀ ਡਾਊਨਲੋਡ ਕਰ ਸਕਦੇ ਹੋ ਤਾਂ ਸ਼ੇਅਰ ਕਰ ਦਿਓ ਜੀ ਇਹ ਪੂਰੀ ਜਾਣਕਾਰੀ ਨੋਟੀਫਿਕੇਸ਼ਨ ਡਾਇਰੈਕਟਰ ਸਿੱਖਿਆ ਭਾਗ ਡਾਇਰੈਕਟੋਰੇਟ ਪੰਜਾਬ ਵੱਲੋਂ 8 ਤਰੀਕ 2019 ਨੂੰ ਸੈਂਟਰ ਹੈੱਡ ਟੀਚਰਾਂ ਦੀਆਂ 375 ਅਸਾਮੀਆਂ ਭਰਨ ਲਈ ਵਿਗਿਆਪਨ ਦਿੱਤਾ ਗਿਆ ਸੀ ਇਸ ਕਰਕੇ ਇਹਨਾਂ ਨੂੰ ਇਹ ਜੋ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਾਉਣ ਦੀ ਮਿਤੀ 28 1 2021 ਨਿਸ਼ਚਿਤ ਕੀਤੀ ਗਈ ਹੈ ਇਹ ਸਟੇਸ਼ਨ ਚੋਣ ਪ੍ਰਕਿਰਿਆ ਦਫ਼ਤਰ ਡਾਇਰੈਕਟਰ ਸਿੱਖਿਆ ਭਾਗ ਪੰਜਾਬ ਕੰਪਲੈਕਸ ਪੰਜਾਬ ਸਕੂਲ ਸਿੱਖਿਆ ਬੋਰਡ ਬਲਾਕ E 6ਵੀਂ ਮੰਜ਼ਲ ਫੇਜ਼ 8 ਐਸ ਐਸ ਨਗਰ ਮੋਹਾਲੀ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ ਉਮੀਦਵਾਰ ਭਰਤੀ ਸਮੇਂ ਪਲਾਈ ਕਰਨ ਸੋ ਸਬੰਧੀ ਜਿਹੜੇ ਸਬੂਤ ਸੀ ਉਹ ਨਾਲ ਲੈ ਕੇ ਆਉਣ ਜੋ ਵੀ ਗੈਰਹਾਜ਼ਰ ਉਮੀਦਵਾਰ ਰਹੇਗਾ ਉਸ ਨੂੰ ਸਟੇਸ਼ਨ ਚੋਂ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਜਿਹੜੇ ਉਮੀਦਵਾਰ ਸਟੇਸ਼ਨ ਚੋਂ ਨਹੀਂ ਕਰਨਗੇ ਉਹਨਾਂ ਸਬੰਧੀ ਇਹ ਜੋ ਸਮਝ ਲਿਆ ਜਾਵੇਗਾ ਕਿ ਉਹ ਸੈਕਟਰ ਹੈਡ ਟੀਚਰ ਦੀ ਅਸਾਮੀ ਤੇ ਨਿਯੁਕਤ ਹੋਣ ਦੇ ਚਾਹਵਾਨ ਨਹੀਂ ਹਨ ਅਤੇ ਉਹਨਾਂ ਦੀ ਕੈਂਡੀਡੇਟਚਰ ਜਿਹੜੀ ਉਹ ਰੱਦ ਹੋ ਜਾਵੇਗੀ ਸੋ ਇਹ ਸਾਰਾ ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਇਹਨਾਂ ਨੇ ਲਿਸਟ ਵੀ ਦਿੱਤੀ ਹੋਈ ਹੈ ਇਹ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੋਂ ਡਾਊਨਲੋਡ ਕਰ ਸਕਦੇ ਹੋ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਐਗਜ਼ਾਮ ਸਟੱਡੀ ਵੀ ਤੇ ਜੌਬ ਅਲਰਟ ਇੰਸਟਾਗ੍ਰam ਪੇਜ ਦਾ ਨਾਮ ਹੈ ਸੋ ਜੋ ਵੀ ਤੁਹਾਡਾ ਸਵਾਲ ਜਵਾਬ ਹੈ ਉਹ ਵੀ ਸਾਨੂੰ ਤੁਸੀਂ ਡਾਇਰੈਕਟ ਮੈਸੇਜ ਕਰਕੇ ਇੰਸਟਾਗ੍ਰam ਤੇ ਪੁੱਛ ਸਕਦੇ ਹੋ ਬਾਕੀ ਅਗਲੀ ਜੋ ਵੀ ਅਪਡੇਟ ਆਏਗੀ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ